ਇੱਦਾਂ ਪਾਣੀ ਪੈ ਗਿਆ ਇਹ ਗੁਰਦਿਆਂ 'ਚ। ਗੁਰਦਿਆਂ ਨੂੰ ਪਹਿਲਾਂ ਪਤਾ ਹੀ ਨਹੀਂ ਲੱਗਾ, ਪਹਿਲਾਂ ਮੈਨੂੰ ਬੁਖਾਰ ਜਿਹਾ 2 ਦਿਨ ਚੜਿਆ, ਮੁੜ ਕੇ ਸਾਹ ਨਹੀਂ ਆਇਆ, ਸਾਹ ਨਾ ਆਉਣ ਕਾਰਨ ਸਰਦਾਰੇਦਾਰ ਹੋ ਗਈ। ਉਹਨਾਂ ਨੇ ਜਵਾਬ ਦੇ ਤਾ ਵੀ ਇਹਨੂੰ ਉੱਥੇ ਲੈ ਜਾਓ, ਮਾਂ ਜਾਂਦੇ ਉੱਥੇ ਰਹੀ 10 ਦਿਨ 12 ਦਿਨ, ਉੱਥੇ ਨਿਰਮਾਨ ਆਇਆ। ਤੋ ਫਿਰ ਉੱਥੇ ਮਾਤਾ ਕੌਲਾਂ ਦੇ ਚਲ ਗਏ, ਉਹਨਾਂ ਜਾ ਕੇ ਇਲਾਜ ਕੀਤਾ, ਫਿਰ ਖਾਲਸਾ ਆਇਆ, ਇਹਨਾਂ ਨੇ ਇਲਾਜ ਕਰਾਤਾ ਸਾਡਾ। ਘਰ 'ਚ ਮੇਰੀ ਨੂੰਹਾਂ ਪੋਤੇ ਆ, ਇੱਕ ਮੈਂ ਭਰਾ ਲਾਗੇ ਆਉਂਦਾ ਸੀ, ਮੇਰਾ ਆਦਮੀ ਜਿਹੜਾ ਬੱਚਾ ਇਹ ਨਿੱਕਾ ਸੀ, ਜਦੋਂ ਪੂਰੇ ਹੋ ਗਏ ਇਕੱਲੀ ਨੇ ਮੈਂ ਨਿਭਾਇਆ ਇੱਥੋਂ ਤੱਕ, ਫਿਰ ਮੈਂ ਆਪਣਾ ਭਰਾ ਲੈਂਦਾ ਲੱਗ ਗਿਆ। ਉਹਨਾਂ ਬੜਾ ਮੈਨੂੰ ਸਾਥ ਦਿੱਤਾ, ਉਹਨਾਂ ਉਹਨਾਂ ਫਿਰ ਰਲ ਮਿਲ ਕੇ ਸਾਰਿਆਂ ਨੇ ਆਖਿਆ ਵੀ ਤੁਸੀਂ ਉੱਥੇ ਦਾਖਲ ਹੋ ਜਾਓ ਬਾਬਾ ਜੀ ਦੇ ਕੋਲ। ਘਰ ਦੇ ਹਾਲਾਤ ਇੱਦਾਂ ਹੀ, ਪੈਸੇ ਲਾਈ ਜਾਂਦੇ ਸੀ, ਫਿਰ ਪੈਸੇ ਮੁੱਕ ਗਏ, ਫਿਰ ਅਸੀਂ ਫਿਰ ਆਪਣੇ ਭੈਣ ਭਰਾਵਾਂ ਨੇ ਆਖਿਆ ਸਾਡੀ ਮਦਦ ਕਰੋ, ਫਿਰ ਕੁਮਾਤ ਨਹੀਂ ਕਰਦਾ। ਫਿਰ ਅਸੀਂ ਇਹਨਾਂ ਦਾ ਸਹਾਰਾ ਲੈ ਲਿਆ, ਸਾਨੂੰ ਪਤਾ ਲੱਗਾ ਇੱਥੇ ਮੱਕਵਾਲਾ ਆਏ ਆ, ਅਤੇ ਇਹਨਾਂ ਨਾਲ ਗੱਲ ਕੀਤੀ, ਇਹਨਾਂ ਕਰਾ ਤੱਕ ਰਲ ਮਿਲ ਕੇ ਹੁਣ ਸਿਹਤ ਉੱਦਾਂ ਤੁਰਿਆ ਜਾਂਦਾ ਆ, ਜ਼ਖਮ ਹੈ ਸ਼ੂਗਰ ਦਾ ਕਰਕੇ ਨਹੀਂ ਤੁਰਿਆ ਨਹੀਂ ਜਾਂਦਾ, ਜ਼ਖਮ ਪਾੜਦਾ, ਜ਼ਖਮ ਅੱਡੀ ਵਾਹਵਾ ਹੀ ਆ ਖਰਾਬ ਜਿਹੀ। ਅਤੇ ਉਹਨਾਂ ਨੇ ਫਿਰ ਸਾਫ਼ ਸੂਫ ਕੀਤੀ ਲਾਈ, ਅਤੇ ਧੁੰਨ ਤੋਂ ਮੈਨੂੰ ਉਹਨਾਂ ਕਿਹਾ ਵੀ ਪਰਹੇਜ ਕਰੋ ਧੁੰਨ ਤੋਂ। ਹੁਣ ਆਣ ਕੇ ਮੈਨੂੰ ਫਰਕ ਪੈ ਗਿਆ ਉੱਦਾਂ, 3-4 ਮਹੀਨੇ ਮਾਤਾ ਕੌਲਾਂ ਦੇ ਆਪਾਂ ਦਵਾਈ ਖਾਧੀ ਹੈ, ਮੈਂ ਆਖੀਏ ਠੀਕ ਰਹੇ ਹਾਂ ਆਪਾਂ, ਡਾਕਟਰ ਵਧੀਆ ਟੱਕਰੇ, ਇੱਕ ਮੈਡਮ ਸੀ ਐਨਕਾਂ ਵਾਲੇ, ਉਹ ਬਹੁਤ ਹੀ ਮੇਰੀ ਭੈਣਾਂ ਵਾਂਗੂ ਉਹਨੇ ਬਹੁਤਾ ਮੇਰਾ ਕੀਤਾ, ਉਹਨਾਂ ਨੇ ਇੰਨਾ ਪਿਆਰ ਦਿੱਤਾ, ਇੰਨੀ ਮਾਂ ਨੇ ਨਹੀਂ ਕਦੀ ਦਿੱਤਾ ਜਿੰਨਾ ਉਹ ਮੈਡਮ ਨੇ ਦਿੱਤਾ ਨਾਲ ਰਲ ਕੇ ਡਾਕਟਰ ਨੇ। ਹੁਣ ਤਾਂ ਠੀਕ ਜੀ, ਮੈਂ ਧੰਨਵਾਦ ਕਰਾਂ ਹਰ ਇੱਕ ਮਾਂ ਦਾ, ਹਰ ਇੱਕ ਪਿਆਰ ਦੇਣ ਅੱਗੇ ਵਧਣ, ਮੈਂ ਨਹੀਂ ਸੁਭਾ ਲੈ ਗਰੀਬ ਕੋ, ਮੈਂ ਇਹਨਾਂ ਨੂੰ ਬਹੁਤ ਬਹੁਤ ਸੁਭਾ ਦਾਂ, ਇਹਨਾਂ ਨਾਲ ਹਸਪਤਾਲ ਵਾਲਿਆਂ ਨੂੰ ਕਰਾਂਗੀ, ਮਹਾਰਾਜ ਇਹਨਾਂ ਨੂੰ ਦੁੱਗਣੀ ਚੌਗਣੀ ਕਮਾਈ ਦੇਵੇ।